ਇੱਕ ਬੱਸ ਅਤੇ ਬਲੈਰੋ ਗੱਡੀ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ, ਜਿਸ ਦੇ ਵਿੱਚ ਬਲੈਰੋ ਸਵਾਰ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ CTU ਦੀ ਬੱਸ ਅਤੇ ਬਲੈਰੋ ਗੱਡੀ ਦੇ ਵਿਚਕਾਰ ਇਹ ਭਿਆਨਕ ਟੱਕਰ ਹੋਈ ਹੈ, ਜਿਸ ਦੇ ਵਿੱਚ ਬਲੈਰੋ ਗੱਡੀ ਸੜਕ ਦੇ ਉੱਤੇ ਹੀ ਪਲਟ ਗਈ ਹੈ। ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਜੋ ਬਲੈਰੋ ਗੱਡੀ ਹੈ ਉਹ ਸੜਕ 'ਤੇ ਪਲਟੀ ਹੋਈ ਹੈ ਅਤੇ ਨਾਲ ਹੀ CTU ਦੀ ਬੱਸ ਵੀ ਬੁਰੇ ਤਰੀਕੇ ਦੇ ਨਾਲ ਅੱਗੋਂ ਤੀ ਚਕਨਾ ਚੂਰ ਹੋਈ ਹੈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਹਾਦਸਾ ਵਾਪਰਿਆ ਕਿਵੇਂ ਹੈ। ਤਾਂ 51 ਸੈਕਟਰ ਚੰਡੀਗੜ੍ਹ ਦੀ ਇਹ ਘਟਨਾ ਦੱਸੀ ਜਾ ਰਹੀ ਹੈ, ਜਿੱਥੇ ਕਿ CTU ਦੀ ਬੱਸ ਅਤੇ ਬਲੈਰੋ ਗੱਡੀ ਦੀ ਜ਼ਬਰਦਸਤ ਟੱਕਰ ਹੋਈ। ਉਸਦੇ ਵਿੱਚ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਦੱਸਿਆ ਜਾ ਰਿਹਾ ਕਿ ਜਿਵੇਂ ਹੀ CTU ਦੀ ਬੱਸ ਮੁੜਨ ਲੱਗੀ ਤਾਂ ਸਾਹਮਣੇ ਤੋਂ ਆ ਰਹੀ ਬਲੈਰੋ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਅਤੇ ਬਲੈਰੋ ਗੱਡੀ ਦੀ ਰਫ਼ਤਾਰ ਕਾਫ਼ੀ ਜ਼ਿਆਦਾ ਤੇਜ਼ ਹੁੰਦੀ ਹੈ, ਜਿਸ ਦੇ ਕਾਰਨ ਉਹ ਸੜਕ ਦੇ ਉੱਤੇ ਹੀ ਪਲਟ ਜਾਂਦੀ ਹੈ ਅਤੇ ਜੋ CTU ਦੀ ਬੱਸ ਹੈ ਉਸਦੇ ਅਗਲਾ ਹਿੱਸਾ ਜੋ ਹੈ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਦੱਸ ਦਈਏ ਕਿ ਇਹ CTU ਦੀ ਬੱਸ 43 ਸੈਕਟਰ ਤੋਂ ਏਅਰਪੋਰਟ ਦੇ ਲਈ ਰਵਾਨਾ ਹੋਈ ਸੀ। ਜਿਵੇਂ ਹੀ 51 ਸੈਕਟਰ ਦੀਆਂ ਲਾਈਟਾਂ 'ਤੇ ਪਹੁੰਚੀ ਤਾਂ ਉੱਥੇ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬਲੈਰੋ ਦੇ ਨਾਲ ਇਸਦੀ ਟੱਕਰ ਹੋ ਗਈ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਬੱਸ 'ਚ ਸਵਾਰ ਕਈ ਸਵਾਰੀਆਂ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹੈ ਅਤੇ ਕਈ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਅਤੇ ਉਹਨਾਂ ਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਚੰਡੀਗੜ੍ਹ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ CTU ਦੀ ਬੱਸ ਅਤੇ ਬਲੈਰੋ ਗੱਡੀ ਦੇ ਵਿਚਕਾਰ ਟੱਕਰ ਹੋਈ ਹੈ। ਇੱਕ ਬੱਸ ਅਤੇ ਬਲੈਰੋ ਗੱਡੀ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ, ਜਿਸ ਦੇ ਵਿੱਚ ਬਲੈਰੋ ਸਵਾਰ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ CTU ਦੀ ਬੱਸ ਅਤੇ ਬਲੈਰੋ ਗੱਡੀ ਦੇ ਵਿਚਕਾਰ ਇਹ ਭਿਆਨਕ ਟੱਕਰ ਹੋਈ ਹੈ, ਜਿਸ ਦੇ ਵਿੱਚ ਬਲੈਰੋ ਗੱਡੀ ਸੜਕ ਦੇ ਉੱਤੇ ਹੀ ਪਲਟ ਗਈ ਹੈ। ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਜੋ ਬਲੈਰੋ ਗੱਡੀ ਹੈ ਉਹ ਸੜਕ 'ਤੇ ਪਲਟੀ ਹੋਈ ਹੈ ਅਤੇ ਨਾਲ ਹੀ CTU ਦੀ ਬੱਸ ਵੀ ਬੁਰੇ ਤਰੀਕੇ ਦੇ ਨਾਲ ਅੱਗੋਂ ਤੀ ਚਕਨਾ ਚੂਰ ਹੋਈ ਹੈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਹਾਦਸਾ ਵਾਪਰਿਆ ਕਿਵੇਂ ਹੈ। ਤਾਂ 51 ਸੈਕਟਰ ਚੰਡੀਗੜ੍ਹ ਦੀ ਇਹ ਘਟਨਾ ਦੱਸੀ ਜਾ ਰਹੀ ਹੈ, ਜਿੱਥੇ ਕਿ CTU ਦੀ ਬੱਸ ਅਤੇ ਬਲੈਰੋ ਗੱਡੀ ਦੀ ਜ਼ਬਰਦਸਤ ਟੱਕਰ ਹੋਈ। ਉਸਦੇ ਵਿੱਚ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਦੱਸਿਆ ਜਾ ਰਿਹਾ ਕਿ ਜਿਵੇਂ ਹੀ CTU ਦੀ ਬੱਸ ਮੁੜਨ ਲੱਗੀ ਤਾਂ ਸਾਹਮਣੇ ਤੋਂ ਆ ਰਹੀ ਬਲੈਰੋ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਅਤੇ ਬਲੈਰੋ ਗੱਡੀ ਦੀ ਰਫ਼ਤਾਰ ਕਾਫ਼ੀ ਜ਼ਿਆਦਾ ਤੇਜ਼ ਹੁੰਦੀ ਹੈ, ਜਿਸ ਦੇ ਕਾਰਨ ਉਹ ਸੜਕ ਦੇ ਉੱਤੇ ਹੀ ਪਲਟ ਜਾਂਦੀ ਹੈ ਅਤੇ ਜੋ CTU ਦੀ ਬੱਸ ਹੈ ਉਸਦੇ ਅਗਲਾ ਹਿੱਸਾ ਜੋ ਹੈ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਦੱਸ ਦਈਏ ਕਿ ਇਹ CTU ਦੀ ਬੱਸ 43 ਸੈਕਟਰ ਤੋਂ ਏਅਰਪੋਰਟ ਦੇ ਲਈ ਰਵਾਨਾ ਹੋਈ ਸੀ। ਜਿਵੇਂ ਹੀ 51 ਸੈਕਟਰ ਦੀਆਂ ਲਾਈਟਾਂ 'ਤੇ ਪਹੁੰਚੀ ਤਾਂ ਉੱਥੇ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬਲੈਰੋ ਦੇ ਨਾਲ ਇਸਦੀ ਟੱਕਰ ਹੋ ਗਈ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਬੱਸ 'ਚ ਸਵਾਰ ਕਈ ਸਵਾਰੀਆਂ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹੈ ਅਤੇ ਕਈ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਅਤੇ ਉਹਨਾਂ ਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਚੰਡੀਗੜ੍ਹ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ CTU ਦੀ ਬੱਸ ਅਤੇ ਬਲੈਰੋ ਗੱਡੀ ਦੇ ਵਿਚਕਾਰ ਟੱਕਰ ਹੋਈ ਹੈ।